17 AM ਤੋਂ ਆਪ ਜੀ ਜਿਹੜੇ ਰੇਡੀਓ ਪ੍ਰੋਗਰਾਮ ਤਹਿਲਕਾ ਦੇ ਨਾਲ ਗੁਰਦਿਆਲ ਸਿੰਘ ਮੰਡੀ ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ। ਮੈਂ ਆਪਣੇ ਆਪ ਨੂੰ ਵੀ ਕਿਸਮਤ ਵਾਲਾ ਸਮਝਦਾ ਕਿ ਅੱਜ ਮੈਨੂੰ ਇਹੋ ਜਿਹੇ ਇਨਸਾਨ ਦੇ ਉਸ ਇਨਸਾਨ ਦੀਆਂ ਜਿਹੜੀਆਂ ਮੈਂ ਬਹੁਤ ਸਾਰੀਆਂ ਟੇਪਾਂ ਸੁਣੀਆਂ ਨੇ ਅਤੇ ਚੰਗੀਆਂ ਲੱਗਦੀਆਂ ਨੇ ਤੇ ਜਦੋਂ ਕਿਤੇ ਮੈਂ ਇਹਨਾਂ ਦੀ ਟੇਪ ਸੁਣਦਾ ਰੋਣ ਮੇਰਾ ਵੀ ਨਿਕਲਦਾ। ਮੇਰਾ ਖਿਆਲ ਤੁਸੀਂ ਵੀ ਅੱਜ ਜ਼ਰੂਰ ਭਾਵੁਕ ਜ਼ਰੂਰ ਹੋਏ ਹੋਗੇ, ਜੇ ਰੋਏ ਹੋਗੇ ਨਹੀਂ ਤਾਂ ਜਾਂ ਅੱਖਾਂ ਜ਼ਰੂਰ ਭਾਰੀਆਂ ਹੋਣਗੀਆਂ ਹੋਣਗੀਆਂ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ। ਸੋ ਇਹਨਾਂ ਦੇ ਨਾਲ ਤੁਹਾਡੇ ਅਸੀਂ ਅੱਜ ਲਾਈਵ ਗੱਲਬਾਤ ਕਰਾਵਾਂਗੇ 416-620-1717-416-620-1777 ਸਟੂਡੀਓ ਦੇ ਫੋਨ ਨੰਬਰ ਨੇ, ਤੁਸੀਂ ਕਾਲ ਕਰ ਸਕਦੇ ਹੋ ਅਤੇ ਤੁਸੀਂ ਕੋਈ ਵੀ ਮਾਂ ਦੇ ਬਾਰੇ ਗੱਲਬਾਤ ਕਰਨੀ ਤਾਂ ਵੀ ਕਰ ਸਕਦੇ ਹੋ। ਜੇ ਤੁਸੀਂ ਆਉਂਦੇ ਰਹੋ ਪਹਿਲੇ ਕਾਲ ਰਹੋ। ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਦਾਂ ਲੱਗਿਆ ਤੁਹਾਨੂੰ ਪ੍ਰੋਗਰਾਮ? ਵੀਰ ਜੀ ਬਹੁਤ ਵਧੀਆ, ਬਹੁਤ ਕੁਝ ਅੱਜ ਸਿੱਖਣ ਨੂੰ ਮਿਲਿਆ ਜੀ। ਅਸੀਂ ਤਾਂ ਕਹਿੰਦੇ ਵੀ ਅੰਕਲ ਜੀ ਹੋਰ ਬਹੁਤ ਵਧੀਆ, ਉਦਾਂ ਵੀ ਮਾਂ ਦੇ ਵਾਹੇ ਕੈਸਟਾਂ ਰਿਕਾਰਡ ਕਰਾਉਣ ਤੇ ਸਾਡੇ ਅੜਗੇ ਨੂੰ ਨੌਲੇਜ ਮਿਲੇ ਜੀ। ਬਹੁਤ ਵੀਰ ਜੀ ਚੰਗਾ ਲੱਗਿਆ ਜੀ, ਬਹੁਤ ਚੰਗਾ ਲੱਗਿਆ ਜੀ। ਮੇਰਾ ਨਾਮ ਹਰਵਿੰਦਰ ਸਿੰਘ ਰੈਂਬੋ ਹੈ ਜੀ। ਰੈਂਬੋ ਸਾਹਿਬ ਇੱਕ ਜੰਗ ਸਪੋਰਟਸ ਕਲੱਬ ਦੀ ਸ਼ਾਨ ਹੈ, ਰੈਂਬੋ ਸਾਹਿਬ ਔਰ ਜਾਣੇ ਮਾਣੇ ਨੇ। ਅੱਜ ਤੁਸੀਂ ਵੀ ਕਾਲ ਕਰਦੇ ਹੋ, ਤੁਹਾਨੂੰ ਚੰਗਾ ਲੱਗਿਆ ਪ੍ਰੋਗਰਾਮ? ਸੋ ਮੈਨੂੰ ਲੱਗਦਾ ਕਿ ਸਾਰਿਆਂ ਨੂੰ ਜ਼ਰੂਰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਜੀ ਮਾਫੀ ਚਾਹੁੰਦਾ ਜੀ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਟਰੱਕ ਦੇ ਬਿਠਾ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਹੈਗਾ। ਹਾਂਜੀ ਭਾਜੀ, ਕਿਹਾ ਕਰੋ ਜਾਣੇ ਕੋਈ ਜੜ ਕੇ ਮੇਰੀਆਂ ਅੱਖਾਂ ਜਾਣ ਕੇ ਡੁੱਲ ਪਈਆਂ, ਮਨ ਮੇਰਾ ਡੁੱਲ ਗਿਆ ਭਾਜੀ, ਜਾਣ ਕੇ ਕੱਲਾ ਬੈਠਾ ਜਾਣ ਕੇ ਰੋਆ ਵਾਲਾ ਜਾਣ ਕੰਮ ਹੋ ਗਿਆ ਸੀ। ਮੈਂ 16 ਸਾਲ ਸੈਂਟਰ ਹੋ ਗਿਆ, ਮੰਮੀ ਡੈਡੀ ਨੂੰ ਆਣੇ ਦੇਖਿਆ, ਮੈਂ ਜਾਣ ਕੇ ਗੱਲ ਨੀ ਕਰ ਹੁੰਦੀ ਹੈਗੀ ਨਾ ਜੀ। ਹਾਂਜੀ ਵੀਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਮੇਰੇ ਜੋ ਦਿਲ ਦੀਆਂ ਭਾਵਨਾਵਾਂ ਮੈਂ ਤੁਹਾਡੇ ਤੱਕ ਪਹੁੰਚਾਉਣੀਆਂ ਚਾਹੁੰਦਾ, ਉਹਨਾਂ ਦੀ ਤੁਸੀਂ ਕਦਰ ਕਰਦੇ ਆ। ਮੈਂ ਹਮੇਸ਼ਾ ਹੀ ਆਪਣੇ ਜੋ ਸਾਡੇ ਸਮਾਜਿਕ ਸਭਿਆਚਾਰ ਕਦਰਾਂ ਕੀਮਤਾਂ ਨੇ ਉਹਨਾਂ ਉੱਤੇ ਬੋਲਿਆ, ਭੈਣ ਉੱਤੇ, ਨੂੰਹ ਰਾਣੀ ਉੱਤੇ, ਗਰੀਬ ਦੀ ਜ਼ਿੰਦਗੀ, ਪਰਦੇਸੀ ਧੀਆਂ, ਪੁੱਤ ਪਰਦੇਸੀ ਉੱਤੇ, ਤੇ ਤੁਸੀਂ ਮੇਰੀ ਕਿਤੇ ਪੁੱਤ ਪਰਦੇਸੀ ਕੈਸਟ ਵੀ ਸੁਣਿਓ। ਬਹੁਤ ਅੱਛਾ ਪ੍ਰੋਗਰਾਮ ਹੈ, ਕਿਤੇ ਵੇਖਿਓ। ਹਾਂਜੀ, ਮਿਹਰਬਾਨੀ, ਬਹੁਤ ਬਹੁਤ ਤੁਸੀਂ ਆਉਂਦੇ ਰਹੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਬਹੁਤ ਖੁਸ਼ੀ ਜੀ, ਤੁਸੀਂ ਹਮੇਸ਼ਾ ਬਹੁਤ ਅੱਛਾ ਪ੍ਰੋਗਰਾਮ ਕਰਦੇ ਹੋ, ਲੇਕਿਨ ਅੱਜ ਸੱਚੀ ਗੱਲ ਹੈ ਕਿ ਇਹਨਾਂ ਨੇ ਇੰਨਾ ਕਰਵਾਇਆ ਕਿ ਬਸ ਪੁੱਛੋ ਹੀ ਪੁੱਛਣਾ, ਤੇ ਇਹਨਾਂ ਦੀ ਮੈਂ ਬਸ ਮੈਨੂੰ ਜਾਣਕਾਰੀ ਚਾਹੀਦੀ ਕਿ ਇਹਨਾਂ ਦੀ ਕੈਸਟ ਮੈਂ ਕਿੱਥੋਂ ਮਿਲ ਸਕਦਾ? ਕੈਸਟ ਤੁਸੀਂ, ਅਸੀਂ ਤੁਹਾਨੂੰ ਦੱਸਾਂਗੇ, ਸਾਰੇ ਆਡੀਓ ਵੀਡੀਓ ਸਟੋਰਾਂ ਤੋਂ ਮਿਲ ਜਾਂਦੀਆਂ ਨੇ, ਤੁਸੀਂ ਉੱਥੋਂ ਲੈ ਸਕਦੇ ਹੋ। 32 ਟੇਪਾਂ ਇਹਨਾਂ ਦੀਆਂ ਮਾਰਕੀਟ ਦੇ ਵਿੱਚ ਆ ਚੁੱਕੀਆਂ ਨੇ। ਸੋ ਇੱਕ ਚੜ੍ਹਦੀ ਤੋਂ ਚੜ੍ਹਦੀ ਟੇਪ ਆ, ਹਰੇਕ ਰਸਤੇ ਦੇ ਉੱਤੇ ਇਹਨਾਂ ਨੇ ਗੱਲਬਾਤ ਕੀਤੀ ਆ, ਔਰ ਹਰੇਕ ਇਨਸਾਨ ਨਹੀਂ ਕਰ ਸਕਦਾ ਹੈ। ਮੇਰੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਜੀ, ਬਹੁਤ ਅੱਛਾ ਕਲਾਮ ਪੜ੍ਹਿਆ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਆਉਂਦੇ ਰਹੋ। ਹੈਲੋ ਹੈਲੋ ਵੀਰ ਜੀ, ਤੁਸੀਂ ਆਉਂਦੇ ਰਹੋ। ਹੈਲੋ, ਅਗਲੀ ਲਾਈਨ ਜੀ, ਤੁਸੀਂ ਆਉਂਦੇ ਰਹੋ। ਹਾਂਜੀ 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 ਸਰ ਜੀ, ਤੁਸੀਂ ਆਉਂਦੇ ਰਹੋ। ਅੱਜ ਪ੍ਰੋਗਰਾਮ ਚੱਲਦਾ ਪਿਆ ਸੀ, ਜਿਹੜਾ ਟੇਪ ਜਿੰਨਾਂ ਦੀ ਲੱਗੀ ਸੀ ਇਹਨਾਂ ਦਾ ਟੇਪ ਨਹੀਂ, ਇਹ ਲਾਈਵ ਤੁਸੀਂ ਸੁਣਿਆ ਜੀ? ਅੱਛਾ, ਹਾਂਜੀ ਮੈਂ ਸੁਣਿਆ। ਕੀ ਨਾਮ ਸੀ ਜਿੰਨਾਂ ਦਾ? ਇਹ ਸੰਤ ਸਿੰਘ ਮਸਕੀਨ, ਸੌਰੀ ਪਾਰਸ ਮਾਫੀ। ਇਹਨਾਂ ਦਾ ਜੋ ਬਹੁਤ ਅੱਛਾ ਪ੍ਰੋਗਰਾਮ ਸੀ, ਉਹ ਤਾਂ ਮੈਨੂੰ ਤਾਂ ਬੈਠਣ ਦਾ ਤਾਂ ਤੈਨੂੰ ਹੁੰਦੀ ਹੱਥ ਕਢਾ ਦਿੰਦਾ। ਐਕਚੁਅਲੀ ਪਤਾ ਕੀ ਗੱਲ ਹੈ, ਅੱਖਾਂ ਮੇਰੀਆਂ ਵੀ ਭਰੀਆਂ ਹੋਈਆਂ, ਮੈਨੂੰ ਵੀ ਪਤਾ ਨਹੀਂ ਲੱਗ ਰਿਹਾ ਕਿ ਅੱਜ ਮੈਂ ਕੀ ਗੱਲ ਕਰ ਰਿਹਾ, ਔਰ ਮੇਰਾ ਪਹਿਲੀ ਵਾਰੀ ਹੋਣਾ ਵੀ ਮੇਰੇ ਅੱਜ ਹੋਸ਼ ਨਹੀਂ ਆ ਰੇਡੀਓ ਦੇ ਉੱਤੇ। ਤੁਸੀਂ ਆਉਂਦੇ ਰਹੋ। ਹੈਲੋ ਹਾਂਜੀ ਜੀ, ਅੱਜ ਦਾ ਪ੍ਰੋਗਰਾਮ ਤਾਂ ਵਾਕਈ ਉਸੀ ਤਾਰੀਫ ਬਹੁਤ ਛੋਟਾ ਲਫ਼ਜ਼ ਵਾਸਤੇ ਕੀਤਾ ਗਿਆ ਹੈਗਾ, ਔਰ ਜੋ ਸਸਤੀ ਵਾਸਤੇ ਪ੍ਰੋਗਰਾਮ ਪੇਸ਼ ਕੀਤਾ ਗਿਆ, ਵਾਕਈ ਬਹੁਤ ਬਹੁਤ ਅੱਛਾ ਪ੍ਰੋਗਰਾਮ। ਔਰ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਮੇਰੀ ਮਾਂ ਸੁਣਤ ਨਹੀਂ ਹੈਗੀ, ਔਰ ਮੈਂ ਇੱਕ ਬਿਲਕੁਲ ਮੇਰੀ ਬੇਟੀ ਦੋ ਵੇਚਦੀ ਆ, ਮੇਰੀ ਮਾਂ ਨਹੀਂ ਹੈ, ਤੇ ਜਿਨ੍ਹਾਂ ਦੀ ਮਾਂ ਇਹਨਾਂ ਦੀ ਇਸ ਸੁਣਤ ਹੈ ਨੀ, ਉਹ ਇਹਨਾਂ ਦੀ ਜਿਤਨੀ ਵੀ ਕਦਰ ਕਰ ਲੈਣ ਥੋੜੀ ਆਈ। ਕਿਉਂਕਿ ਜੀ ਤੁਸੀਂ ਆਉਂਦੇ ਰਹੋ। ਹੈਲੋ ਹੈਲੋ ਹਾਂਜੀ, ਮੈਂ ਗਾੜੀ ਚਲਾ ਰਹਾ ਥਾ, ਸੰਤ ਜੀ ਕਾ ਪੈਗਾਮ ਮਾਂ ਕੇ ਸਬਜਨ ਪਰ ਜੋ ਸੁਣਾ ਜੀ, ਸੱਚ ਬਾਤ ਤੋ ਯੇ ਹੈ ਕਿ ਗਾੜੀ ਚਲੀ ਨਹੀਂ ਸਹੀ, ਕਿਉਂਕਿ ਆਜ ਸੇ 10 ਸਾਲ ਕਬ ਮੇਰੀ ਮੰਮੀ ਮੁਝੇ ਛੋੜ ਕਰ ਚਲੀ ਗਈ ਥੀ, ਔਰ ਉਸ ਦਿਨ ਸੇ ਆਜ ਤੱਕ ਵੋ ਜ਼ਿੰਦਗੀ ਮੇਂ ਹਲਚਲ ਨਾ ਰਹੀ, ਵੋ ਪਾਕਿਸਤਾਨ ਫੋਨ ਕਰਨੇ ਕਾ ਸ਼ੌਕ ਨਾ ਰਹਾ, ਸੁਬਹ ਰਾਤ ਕੋ ਮੈਂ ਕਰਤਾ ਥਾ ਮੇਰੀ ਮਾਂ ਸੁਬਹ ਕੀ ਨਮਾਜ਼ ਪੜ੍ਹਨੇ ਕੇ ਬਾਅਦ ਇੰਤਜ਼ਾਰ ਕਰਤੀ ਥੀ, ਪਹਿਲੀ ਘੰਟੀ ਸੇ ਉਠਾ ਲੇਤੀ ਥੀ ਕਿ ਯੇ ਮੇਰੇ ਬੇਟੇ ਕਾ ਫੋਨ ਹੈ, ਉਸਕੇ ਬਾਅਦ ਮੈਨੇ ਉਸ ਮੁਹੱਬਤ ਸੇ ਫੋਨ ਨਹੀਂ ਕੀਆ, ਯੂ ਸਮਝੋ ਕਿ ਆਂਸੂ ਛਲਕ ਗਏ ਤੇਰੀ ਦਾਸਤਾਂ ਸੇ ਮੇਰੇ। ਆਜ ਸੇ 6 ਸਾਲ ਪਹਿਲੇ ਮੈਨੇ ਇਸੀ ਰੇਡੀਓ ਪਰ ਜਬ ਮੈਂ ਕਵੀ ਸਟਾਰਟ ਕੀਆ ਥਾ, ਮਾਂ ਕੀ ਅਜ਼ਮਤ ਮੇਂ ਇੱਕ ਸ਼ੇਰ ਕਹਾ ਥਾ, ਵੋ ਮੈਂ ਆਪਕੋ ਸੰਤ ਜੀ ਕੋ ਸੁਣਾਨਾ ਚਾਹਤਾ ਹੂੰ। ਕਿ ਇਹਤਰਾਮਨ ਝੁਕ ਕੇ ਮੈਨੇ ਜਬ ਛੂਏ ਮਾਂ ਕੇ ਕਦਮ, ਇਹਤਰਾਮਨ ਝੁਕ ਕੇ ਮੈਨੇ ਜਬ ਛੂਏ ਮਾਂ ਕੇ ਕਦਮ, ਮੰਜ਼ਰੇ ਫਿਰਦੌਸ ਦੀ ਆਂਖੋਂ ਕੀ ਜ਼ਿੰਨਤ ਬਨ ਗਿਆ, ਹਮ ਜਾਨਤੇ ਹੈਂ ਕਿ ਪੈਰੋਂ ਕੇ ਜ਼ਰੀਏ
ماں کے پیروں کے تلے جنت ہوتی ہے جی تو منظر فردوس بھی آنکھوں کی زینت بن گیا. میں سمجھتا ہوں کہ میری شاعری بے انتہا غزلیں لکھی بے انتہا شعر کہے لیکن اس سے عظیم شعر میں نہ کہہ سکا نہ کہوں گا. یہ ماں کی میری عظمت کے لیے تھا. سنت جی جی تو چاہتے ہیں کہ آپ سے ماں کے شبد پر اور سنوں اور کچھ اور اپنے آنسو بہاؤں تاکہ یہ دل ہوتا ہو. بہت خوب جی. اللہ تعالیٰ آپ کو زندگی دے. آپ اسی طرح سے ماں کے شبد پہ باپ کے شبد پہ جاری صاحب بول رہے ہو؟ ہاں جی میں جاری صاحب. بہت شکریہ سر جی. بڑا اچھا لگا آپ کا. اور میں سمجھتا ہوں یہ آواز اور یہ پیغام ہر ایک کے پاس ریکارڈ ہونا چاہیے. جی دھنیواد جی شکریہ. کچھ کہہو جی گلاں بات ہے کچھ کہہو جی سپیچ اپنے کو پانچ تو لے کے چھ منٹ رہیں گے. میں چاہنا کہ تسی کل آپ پویں دو گھنٹے آدھی لے جائیے. میں چاہنا کہ اج تسی کچھ ایسی انفارمیشن دس کے جاؤ جیڑی ہمیشہ یاد رہے اتے پروگرام یاد رہے اس دیاں گلاں ہون سارے پاسے. باقی سنت سنگھ جی نے کوئی پروگرام کیتا سی تے جس دے وچ کوئی سکھیا ملی ہے؟ مہربانی. بہت سارے سروتیا والے فون آئے نے جنہوں نے پنجاب بیٹھی ماں یاد کیتا ہے. تھوڑے نال کچھ گلاں کر کے صرف گیت دیاں چند سطراں کہہ کے اسی کماں دے جات ہو جانا. آؤ اپنی برتی نوں اوتھے لے کے چلو جدو تسی پنجاب دی ترتی تو تم لگے سے پتا لگ گیا. ماں پت نے آخیا ماں مینوں جلدی نال تیار کر دے دیر ہو رہی ہے. ہن ماں نے پت دا ٹیچی کہہ چکیا ہے باہر کار دی ڈگی وچ لیا کے رکھ دتا ہے. پت نے ماں نال گلوکری پائی ہے تے تم لگے پت نہ ماں کچھ گلاں یوں